रखे है जिन्होंने मूँह बदे हुए से उन्हें आंदा ही मतलब ये हमला कर दिता वा इन्हें मोटरसाइकिल भजा लिया उन्हें मगरों राड मारी भी इस तरह देखो अही समाज की सेवा कर रहे हैं तो जो इदा ही हमले होने लग पाते की है साढ़े लोग सुरक्षित रहेंगे अं कि सुरक्षित रहेंगे ਦੇਖੋ ਸਰ ਨਾਲੇ ਜੇ ਲੁੱਟਣੀ ਨੀਤ ਹੁੰਦੀ ਤੇ ਮੈਂ ਵੀ ਖੜਾ ਸੀ ਮੇਰਾ ਮੋਬਾਈਲ ਸੜਕ ਵਾਲੇ ਪਾਸੇ ਹੀ ਉਹ ਸੜਕ ਮਤਲਬ ਉਹ ਹੋ ਸਕਦੇ ਸਨ। ਬਟਾਲਾ ਵਿੱਚ ਦੇਰ ਰਾਤ ਨਕਾਬਪੋਸ਼ ਨੌਜਵਾਨਾਂ ਨੇ ਇੱਕ ਪੱਤਰਕਾਰ ਤੇ ਕੀਤਾ ਹਮਲਾ। ਵਾਰਦਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ। ਜੀ ਹਾਂ, ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਨੂੰ ਬਟਾਲਾ ਦੇ ਇੱਕ ਰੋਜ਼ਾਨਾ ਹਿੰਦੀ ਅਖਬਾਰ ਦੇ ਪੱਤਰਕਾਰ ਤੇ ਐਕਟੀ ਤੇ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਦੋ ਨਕਾਬਪੋਸ਼ ਐਕਟੀ ਤੇ ਸਵਾਰ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਉੱਥੇ ਕੈਦ ਹੋ ਗਈ। ਉੱਥੇ ਇਸ ਵਾਰਦਾਤ ਦੇ ਸੰਬੰਧਿਤ ਜਾਣਕਾਰੀ ਦੇ ਹੋਏ ਪੱਤਰਕਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਤਕਰੀਬਨ 9 ਵਜੇ ਉਹ ਅਤੇ ਉਹਨਾਂ ਦੇ ਇੱਕ ਸਾਥੀ ਪੱਤਰਕਾਰ ਅਜੇ ਰੇਲਵੇ ਰੋਡ ਤੋਂ ਦਫ਼ਤਰ ਬੰਦ ਕਰਕੇ ਜਿਵੇਂ ਵਾਪਸ ਨਹੀਂ ਲੱਗੇ ਤਾਂ ਬਟਾਲਾ ਦੇ ਰਹਿਣ ਵਾਲੇ ਪੱਤਰਕਾਰ ਅਜੇ ਰੇਖੀ ਜੋ ਮੋਟਰਸਾਈਕਲ ਤੇ ਸਵਾਰ ਸੀ ਅਤੇ ਦੋ ਨਕਾਬਪੋਸ਼ ਐਕਟਿਵਾ ਤੇ ਨੌਜਵਾਨ ਆਏ ਅਤੇ ਉਹਨਾਂ ਨੇ ਹਮਲਾ ਕੀਤਾ, ਜਦਕਿ ਪੱਤਰਕਾਰ ਅਜੇ ਨੇ ਮੋਟਰਸਾਈਕਲ ਭਜਾ ਕੇ ਆਪਣੀ ਜਾਨ ਮਸਾ ਹੀ ਬਚਾਈ। ਉੱਥੇ ਇਸ ਮਾਮਲੇ ਦੀ ਜਾਂਚ ਵਿੱਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਸੁਖਦੇਵ ਸਿੰਘ ਸਰ ਕੁਛ ਨਹੀਂ, ਅਸੀਂ ਦੋਵੇਂ ਜਣੇ ਖੜੇ ਹਾਂ। ਮੈਂ ਸਕੂਟੀ 'ਤੇ ਅੱਗੇ ਬਾਈਕ 'ਤੇ ਸਟਾਰਟ ਕਰਨ ਲੱਗਾ ਸੀ। ਦੋ ਲੜਕੇ ਆ ਜਿਨ੍ਹਾਂ ਨੇ ਮੂੰਹ ਬੱਧੇ ਹੋਏ ਸੀ, ਉਹਨਾਂ ਆਉਂਦਿਆਂ ਹੀ ਮਤਲਬ ਇਹਦੇ ਹਮਲਾ ਕਰ ਦਿੱਤਾ ਵਾ। ਇਹਨੇ ਮੋਟਰਸਾਈਕਲ ਭਜਾ ਲਿਆ, ਉਹਨਾਂ ਮਗਰੋਂ ਰਾੜ ਮਾਰੀ ਹੈ, ਮਗਰ ਭੱਜ ਕੇ ਲੱਗਦਾ ਲੁੱਟਦੀ ਨਹੀਂ ਹੈ ਅਤੇ ਵੀ ਕਹਿ ਸਕਦੇ ਹਾਂ ਨਾਲ ਕੁਛ ਕਿਸੇ ਦੀ ਕੋਈ ਪਤਾ ਨਹੀਂ ਕਿਸ ਤਰ੍ਹਾਂ ਵਾ। ਅਸੀਂ ਇਸ ਚੀਜ਼ ਤੋਂ ਬਹੁਤ ਅਣਜਾਣ ਹਾਂ ਪਰ ਬਹੁਤ ਫਿਕਰਮੰਦ ਵੀ ਹਾਂ ਵੀ ਇਸ ਤਰ੍ਹਾਂ ਵੇਖੋ ਅਸੀਂ ਸਮਾਜ ਦੀ ਸੇਵਾ ਕਰ ਰਹੇ ਹਾਂ ਅਤੇ ਜੇ ਇੱਦਾਂ ਹੀ ਹਮਲੇ ਹੋਣ ਲੱਗ ਪਏ ਤਾਂ ਕੀ ਆ ਸਾਡਾ ਫਿਊਚਰ, ਕੀ ਲੋਕ ਕਿੱਦਾਂ ਭਵਿੱਖ ਸੁਰੱਖਿਅਤ ਰਹਿਣਗੇ, ਅਸੀਂ ਕਿੱਦਾਂ ਸੁਰੱਖਿਅਤ ਰਹਾਂਗੇ। ਅਸੀਂ ਤਾਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਜੇ ਅਸੀਂ ਸੁਰੱਖਿਅਤ ਨਹੀਂ, ਲੋਕ ਸੁਰੱਖਿਅਤ ਨਹੀਂ ਤਾਂ ਫਿਰ ਕਿੱਦਾਂ ਗੱਲ ਬਣੇਗੀ। ਕੀ ਲੱਗਦਾ ਕੰਮ ਹੁੰਦਾ ਅਖਬਾਰ ਦੇ ਦਫ਼ਤਰ 'ਚ ਕੋਈ ਕੈਸ਼ ਦਾ? ਬਿਲਕੁਲ ਸਰ, ਨਾਲੇ ਜੇ ਲੁੱਟਦੀ ਨੀਤ ਹੁੰਦੀ ਤੇ ਮੈਂ ਵੀ ਖੜਾ ਸੀ, ਮੇਰਾ ਮੋਬਾਈਲ ਵੀ ਸੜਕ ਵਾਲੇ ਪਾਸੇ ਸੀ, ਉਹ ਸੜਕ ਮਤਲਬ ਉਹ ਖੋ ਸਕਦੇ ਸਨ। ਸਕੂਟਰੀ ਖੜੀ ਸੀ ਬਗੈਰ ਚਾਬੀ ਲੱਗੀ ਸੀ, ਉਹ ਕਰ ਸਕਦੇ ਸਨ ਪਰ ਉਹਨਾਂ ਨੇ ਹਮਲਾ ਕੀਤਾ, ਅਟੈਕ ਕੀਤਾ ਸਿੱਧਾ। ਏਵਨ ਪੰਜਾਬੀ ਟੀਵੀ ਲਈ ਬਟਾਲਾ ਤੋਂ ਲੱਕੀ ਰਾਜਪੂਤ ਦੀ ਰਿਪੋਰਟ।